ਤਾਂ ਫਰੀਦਕੋਟ ਦੀ ਚੋਣ ਇਸ ਵਾਰ ਬੜੀ ਦਿਲਚਸਪ ਸੀ। ਫਰੀਦਕੋਟ ਦੀ ਚੋਣ ਦੇ ਵਿੱਚ ਸਭ ਤੋਂ ਵੱਡਾ ਨਾਮ ਉੱਭਰ ਕੇ ਆਇਆ ਸਰਬਜੀਤ ਸਿੰਘ ਖਾਲਸਾ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਹਮਣੇ ਆਏ ਤਾਂ ਸ਼ਾਇਦ ਉਦੋਂ ਤੱਕ ਬਹੁਤੇ ਲੋਕਾਂ ਨੂੰ ਇਸ ਮੁਕਾਬਲੇ ਦਾ ਇਸ ਲੈਵਲ ਤੇ ਜਾਣ ਦਾ ਸ਼ਾਇਦ ਅੰਦਾਜ਼ਾ ਵੀ ਨਹੀਂ ਹੋਏਗਾ, ਕਿਉਂਕਿ ਮੁਕਾਬਲਾ ਜਿਸ ਤਰ੍ਹਾਂ ਦਾ ਹੋ ਰਿਹਾ ਸੀ ਕਰਜੀਤ ਅਨਮੋਲ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਬੜਾ ਮਜ਼ਬੂਤ ਦੇਖਿਆ ਗਿਆ ਸੀ। ਮੁੱਖ ਮੰਤਰੀ ਖੁਦ ਇਸ ਇਲਾਕੇ ਦੇ ਵਿੱਚ ਆਏ, ਪਰ ਜਿਸ ਤਰ੍ਹਾਂ ਦੇ ਰੁਝਾਨ ਆਏ, ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ, ਉਸ ਤੋਂ ਬਾਅਦ ਤਸਵੀਰ ਸਭ ਦੇ ਸਾਹਮਣੇ। ਸਰਬਜੀਤ ਸਿੰਘ ਖਾਲਸਾ ਸਾਡੇ ਨਾਲ ਮੌਜੂਦ ਨੇ। ਖਾਲਸਾ ਜੀ, ਜੋ ਜਿਸ ਤਰ੍ਹਾਂ ਦੇ ਨਤੀਜੇ ਅੱਜ ਆਏ, ਆਪਾਂ ਜਦੋਂ ਤੁਸੀਂ ਅਜੇ ਕਾਗਜ਼ ਭਰਨੇ ਸੀ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ, ਉਸ ਦਿਨ ਤੁਹਾਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੇ ਨਤੀਜੇ ਆ ਸਕਦੇ ਆ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਨਾਲ ਇਸ ਤਰ੍ਹਾਂ ਚੱਲ ਸਕਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਨਾ ਸ਼ੁਰੂ ਤੋਂ ਹੀ ਆਸ ਸੀਗੀ ਵੀ, ਕਿਉਂਕਿ ਨਾ ਤੁਸੀਂ ਜਾਂ ਬਾਅਦ ਦੇ ਉਹ ਹੋਰ ਤਰੀਕੇ ਨਾਲ ਦੇਖਦੇ ਸੀ, ਅਸੀਂ ਹੋਰ ਤਰੀਕੇ ਨਾਲ ਦੇਖਦੇ ਸੀ, ਕਿਉਂਕਿ ਅਸੀਂ ਪਿੰਡਾਂ 'ਚ ਵਿਚਰਦੇ ਸੀ। ਪਿੰਡਾਂ ਦੇ ਵਿੱਚ ਅਸੀਂ ਜਾਣਾ ਤਾਂ ਲੋਕਾਂ ਨੇ ਨਾ ਜਿੱਦਾਂ ਖੇਤਾਂ 'ਚੋਂ ਆਪਣੇ ਕੰਮ ਛੱਡ ਕੇ ਆਉਣਾ, ਕੰਮ ਛੱਡ ਦੇਣੇ, ਕੋਈ ਨਹੀਂ ਯਾਰ ਕਣਕ ਪਈ ਹੈ ਤੂੜੀ ਕੱਢਣੀ ਹੈ, ਬਾਅਦ 'ਚ ਕੰਮ ਛੱਡ ਕੇ ਆ ਜਾਣਾ। ਅਸੀਂ ਇਹ ਫੀਲ ਕਰਦੇ ਸੀ ਬਈ ਜੇ ਅਸੀਂ ਆਪਣੀ ਗੱਲ ਸਾਰੇ ਹਲਕੇ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਗਏ ਵੀ ਮੈਂ ਕੌਣ ਹੈ, ਮੇਰਾ ਪਰਿਵਾਰਕ ਪਿਛੋਕੜ ਕੀ ਹੈ, ਤਾਂ ਲੋਕ, ਕਿਉਂਕਿ ਇਹ ਦੇਖੋ ਇਹ ਪੰਥਕ ਲੋਕ ਹੈ ਫਰੀਦਕੋਟ ਹਲਕੇ ਦੇ, ਇਹ ਇਹਨਾਂ ਦੇ ਮਨ ਦੇ ਵਿੱਚ ਸਿੱਖੀ ਦੀ ਬਹੁਤ ਕਦਰ ਹੈ, ਇਹ ਰਿਸਪੈਕਟ ਕਰਦੇ ਆ ਸਿੱਖੀ ਦੀ ਜ਼ਿਆਦਾ। ਤਾਂ ਸਾਨੂੰ ਸੀਗਾ ਵੀ ਜੇ ਅਸੀਂ ਇਹਨਾਂ ਦੇ ਵਿੱਚ ਆਪਣੀ ਗੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਗਏ ਨਾ ਪਿੰਡਾਂ ਤੱਕ, ਹਰੇਕ ਘਰ ਤੱਕ, ਤਾਂ ਆਪਾਂ ਨੂੰ ਹਰਾ ਨਹੀਂ ਸਕਦਾ ਕੋਈ। ਉਹੀ ਹੋਇਆ ਐਕਚੁਲੀ, ਅਸੀਂ ਜਦੋਂ ਰੋਡ ਸ਼ੋਅ ਕੀਤੇ ਹੈ ਰਾਮਪੁਰੇ ਤੋਂ ਬਾਅਦ, ਅਤੇ ਬਸ ਫਿਰ ਉਸ ਤੋਂ ਬਾਅਦ ਉਹ ਰੋਡ ਸ਼ੋਅਜ਼ ਨੇ ਸੁਨੇਹਾ ਬਹੁਤ ਦੂਰ ਦੂਰ ਤੱਕ ਗਿਆ। ਤੁਸੀਂ ਜਦੋਂ ਚੱਲੇ ਸੀ ਚੰਡੀਗੜ੍ਹ ਤੋਂ ਤਾਂ ਉਸ ਵੇਲੇ ਸ਼ਾਇਦ ਤੁਸੀਂ ਕਹਿ ਰਹੇ ਸੀ ਕਿ ਮੇਰੇ ਕੋਲ ਤਾਂ ਤਿਲ ਪਾਉਣ ਨੂੰ ਪੈਸੇ ਵੀ ਹੈ ਨੇ, ਚੋਣ ਕਿਵੇਂ ਲੜਨੀ ਹੈ, ਕਿੰਨੇ ਲੜਨੀ ਹੈ ਮੈਨੂੰ ਨਹੀਂ ਪਤਾ, ਪਰ ਤੁਸੀਂ ਕਿਹਾ ਸੀ ਕਿ ਕੁਝ ਲੋਕ ਨੇ ਉੱਥੇ ਜਿਹੜੇ ਮੇਰੇ ਨਾਲ ਸਟੈਂਡ ਕਰਨਗੇ ਤੇ ਦੇਖੀ ਜਾਏਗੀ ਜਿਵੇਂ ਲੜਾਂਗੇ। ਦੇਖੋ ਜੀ, ਮੇਰੇ ਨਾਲ ਸਿਰਫ ਇਹੀ ਮੇਰੇ ਇੱਕ ਸਾਰਾ ਮੇਰੀ ਚੋਣ ਮੈਨੂੰ ਇਹਨਾਂ ਨੇ ਲੜਾਈ ਹੈ, ਗੁਰਸੇਵਕ ਸਿੰਘ ਜਵਾਰਕੇ ਤੇ ਸਾਰੇ ਕਰਤਾ ਧਰਤਾ ਹੀ ਹੈ, ਮੇਰਾ ਵੱਡਾ ਭਰਾ ਵੀ ਹੈ ਤੇ ਸਮਝ ਲਓ ਵੀ ਮੇਰਾ ਪਿਓ ਵੀ ਹੈ, ਜ਼ਿੰਮੇਵਾਰੀ ਨਿਭਾਉਂਦਾ ਹੈ ਸਾਰੀ, ਮੇਰਾ ਬਹੁਤ ਵੈਲ ਵਿਸ਼ਰ ਹੈ ਸ਼ੁਰੂ ਤੋਂ ਹੀ, ਸਾਡਾ 20 ਸਾਲ ਹੋ ਗਏ ਸਾਡਾ ਮੁਲਾਜ਼ਾ, ਇਹੀ ਮੈਨੂੰ ਲੈ ਕੇ ਆਏ ਸੀ ਇਲੈਕਸ਼ਨ ਦੇ ਵਿੱਚ ਵੀ ਆਪਾਂ ਇਲੈਕਸ਼ਨ ਲੜਨਾ, ਮੇਰਾ ਮਨ ਨਹੀਂ ਸੀ ਨਹੀਂ, ਕਹਿੰਦੇ ਵੀ ਹੁਣ ਇਹਨਾਂ ਨੇ ਕੋਈ ਨੋਟਿਸ ਕੀਤੀ ਸੀ ਗੱਲ ਬਈ ਇਸ ਗੱਲ ਨੂੰ ਵੀ ਸਿਆਸੀ ਮਾਹਿਰ ਹੈ ਇਹ, ਬਈ ਆਪਾਂ ਆਪਣੀ ਗੱਲ ਇਸ ਵਾਰੀ, ਕਿਉਂਕਿ ਦੇਖੋ ਲੋਕਾਂ ਨੇ ਇਹ ਨਹੀਂ ਦੇਖਿਆ ਬਈ ਝਾੜੂ ਦਾ ਕੈਂਡੀਡੇਟ ਕੌਣ ਹੈ ਜਾਂ ਕਿਹੜੀ ਪਾਰਟੀ ਹੈ, ਝਾੜੂ ਕਿਹਦੀ ਪਾਰਟੀ ਹੈ, ਮਤਲਬ ਲੋਕ ਬਾਦਲ ਤੋਂ ਅਤੇ ਕਾਂਗਰਸ ਤੋਂ ਇੰਨੇ ਤੰਗ ਹੋ ਗਏ ਸੀ ਕਿ ਉਹ ਇੱਕ ਬਾਣੀਏ ਨੂੰ ਵੀ ਆਪਣੀ ਕਮਾਂਡ ਦੇਣ ਨੂੰ ਤਿਆਰ ਸੀ ਪੰਜਾਬ ਦੇ ਸਿੱਖ। ਕ੍ਰੈਡੀਬਿਲਟੀ ਕੁਛ ਨਹੀਂ ਸੀ ਉਹਨਾਂ ਦੀ, ਸਿਰਫ ਜੇ ਕਹਿੰਦਾ ਸਾਡੀ ਅਚੀਵਮੈਂਟ ਸੀ, ਅਚੀਵਮੈਂਟ ਇਹਨਾਂ ਦੀ ਕੁਛ ਨਹੀਂ ਸੀ, ਸਿਰਫ ਇਹ ਬਾਦਲਾਂ ਦਾ ਤਾਂ ਕਾਂਗਰਸ ਦਾ ਵਿਰੋਧ ਸੀ। 1.5 ਸਾਲ ਦੇ ਬਾਅਦ ਇਹਨਾਂ ਨੂੰ ਕੋਈ ਪੰਥਕ ਚਿਹਰਾ ਨਹੀਂ ਸੀ ਮਿਲ ਰਿਹਾ, ਨਹੀਂ ਤਾਂ ਦੇਖ ਲਓ ਤੁਸੀਂ ਕਿੰਨੀ ਦੇਰ, ਡੇਢ ਦੋ ਸਾਲ ਹੀ ਹੋਏ ਹੈ ਸਰਕਾਰ ਹੋਵੇ, ਮੌਜੂਦਾ ਸਰਕਾਰ ਹੋਵੇ, ਮੁੱਖ ਮੰਤਰੀ ਦਾ
ਖਾਸ ਮਿੱਤਰ ਹੋਵੇ, 9 ਦੇ 9 MLA ਉਹਨਾਂ ਦੇ ਹੋਣ, ਤੇ ਅਸੀਂ ਫੇਰ ਵੀ ਜਿੱਤ ਜਾਈਏ ਇੰਡੀਪੈਂਡੈਂਟ ਬਿਨਾਂ ਕਿਸੇ ਢਾਂਚੇ ਤੋਂ। ਅੱਛਾ, ਸਤਵੰਤ ਸਿੰਘ ਬਿਆਸ ਸਿੰਘ ਹੋਰਾਂ ਦੇ ਨਾਮ ਦੀ ਕੋਈ ਲੱਗਦਾ ਪਹਿਚਾਣ ਕਰਾਉਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ, ਪਰ ਉਸ ਪਰਿਵਾਰ ਦੇ ਇਸ ਤੋਂ ਪਹਿਲਾਂ ਵੀ ਬੜਾ, ਤੁਹਾਡੇ ਮਾਤਾ ਜੀ ਨੂੰ ਲੋਕਾਂ ਨੇ MP ਬਣਾਇਆ, ਤੁਹਾਡੇ ਦਾਦਾ ਜੀ ਨੂੰ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ, ਹੁਣ ਤੀਜੇ ਤੁਸੀਂ ਹੋ ਗਏ, ਪਰ ਤੁਸੀਂ ਕਿਤੇ ਨਾ ਕਿਤੇ ਪਿਛਲੇ ਟਾਈਮ ਦੇ ਦੌਰਾਨ ਹਾਸ਼ੀ ਦੇ ਵਿੱਚ ਚਲੇ ਗਏ ਸੀ। ਬੇਸ਼ੱਕ ਬਹੁਤ ਵੱਡਾ ਨਾਮ ਸੀ ਤੁਹਾਡੇ ਪਰਿਵਾਰ ਦਾ ਔਰ ਰਹੇਗਾ, ਪਰ ਜਦੋਂ ਤੁਸੀਂ ਇੱਕ ਹਾਸ਼ੀ ਦੇ ਵਿੱਚ ਸੀ ਤਾਂ ਲੱਗਦਾ ਸੀ ਕਿ ਯਾਰ ਵੀ ਦੁਬਾਰਾ ਤੋਂ ਸਾਹਮਣੇ ਆਉਣਾ ਔਰ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ, ਉਸ ਨਾਮ ਨੂੰ ਨਾਲ ਲੈ ਕੇ ਆਪਦੀ ਪਹਿਚਾਣ ਦੇਣੀ ਹੈ, ਤਾਂ ਉਹ ਸਭ ਚੀਜ਼ਾਂ ਤੁਹਾਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਪੋਸੀਬਲ ਹੈ, ਲੋਕ ਇਸ ਤਰ੍ਹਾਂ ਇੱਕ ਇੰਨਾ ਪਿੱਛੇ ਚਲੇ ਜਾਣਗੇ ਉਸ ਦੌਰ ਨੂੰ ਯਾਦ ਕਰਨਗੇ? ਨਹੀਂ, ਦੇਖੋ ਗੱਲ ਇਹ ਹੈ ਬਈ, ਸ਼ਹੀਦ ਭਾਈ ਬੇਅੰਤ ਸਿੰਘ ਦਾ ਨਾਮ, ਕੇਅਰ ਸ਼ਹੀਦ ਭਾਈ ਕੇਅਰ ਸਿੰਘ ਦਾ ਨਾਮ, ਸ਼ਹੀਦ ਭਾਈ ਸਤਵੰਤ ਸਿੰਘ ਦਾ ਨਾਮ, ਇਹ ਕਦੀ ਕੌਮ ਨੇ ਮਨੋ ਨਹੀਂ ਸੀ ਵਸਾਰਿਆ। ਇਹ ਨਾ ਪਹਿਲਾਂ ਵਸਾਰਿਆ ਸੀ ਕਿਸੇ ਸਿੱਖ ਨੇ, ਜਿੰਨੀ ਦੇਰ ਸਿੱਖ ਧਰਮ ਇਸ ਧਰਤੀ ਤੇ ਰਹੂਗਾ ਓਨੀ ਦੇਰ ਸੁੱਖਾ ਸਿੰਘ, ਮਹਿਤਾਬ ਸਿੰਘ, ਬਾਬਾ ਦੀਪ ਸਿੰਘ, ਸ਼ਹੀਦ ਭਾਈ ਕੇਅਰ ਸਿੰਘ, ਬੇਅੰਤ ਸਿੰਘ, ਸਤਵੰਤ ਸਿੰਘ ਦਾ ਨਾਮ ਵੀ ਰਹਿਣਾ। ਅੱਛਾ, ਇੱਕ ਚੀਜ਼ ਹੋਰ ਸਮਝਣੀ ਚਾਹੂੰਗਾ, ਤੁਹਾਨੂੰ ਨੁਮਾਇੰਦਗੀ ਦੇਤੀ ਲੋਕਾਂ ਨੇ, ਤੁਸੀਂ ਕਹਿੰਦੇ ਹੋ ਕਿ ਪੰਥਕ ਲੋਕ ਨੇ ਔਰ ਬੜੇ ਸੱਚੇ ਦਿਲੋਂ ਲੋਕ ਚੱਲ ਪੈਂਦੇ ਨੇ, ਸ਼ਾਇਦ ਜੇਬ ਦੇ ਵਿੱਚੋਂ ਹੀ ਮੈਨੂੰ ਲੱਗਦਾ ਤੇਲ ਵੀ ਸਭ ਨੇ ਆਪਦੀ ਜੇਬ 'ਚ ਪਵਾਇਆ ਹੋਏਗਾ, ਤਾਂ ਇਹ ਐਸੇ ਹਾਲਾਤਾਂ ਦੇ ਵਿੱਚ ਤੁਹਾਡਾ ਫੋਕਸ ਕੀ ਰਹਿਣ ਵਾਲਾ ਕਿ ਸਰਬਜੀਤ ਸਿੰਘ ਖਾਲਸਾ ਪਹਿਲਾਂ ਹੀ ਸ਼ੁਰੂਆਤ ਕੀ ਕਰਨੀ ਚਾਹੁੰਗੇ ਕਿ ਮੇਰੇ 'ਤੇ ਜ਼ਿੰਮੇਵਾਰੀ ਪੈ ਗਈ ਹੈ ਹੁਣ ਮੈਂ ਇਸ ਲਾਈਨ 'ਤੇ ਚੱਲਣਾ? ਜੀ, ਮੇਰੀ ਜ਼ਿੰਮੇਵਾਰੀ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਨਾ ਅਸੀਂ ਚਾਹੁੰਦੇ ਹਾਂ ਬਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਿਹੜਾ ਵੀ ਕਰਦਾ ਹੈ ਨਾ ਉਹਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ। ਐਕਚੁਅਲੀ ਗੱਲ ਕੀ ਹੈ ਜੀ, ਕੋਈ ਵੀ ਬੇਅਦਬੀ ਕਰ ਦਿੰਦਾ ਹੈ, ਮੈਂਟਲੀ ਅਪਸੈਟ ਸੀ ਜੀ ਇਹ, ਤੇ ਜੇ ਮੈਂਟਲੀ ਅਪਸੈਟ ਸੀ ਉਹਨੇ ਸਾਡੇ ਗੁਰੂ ਦੀ ਬੇਅਦਬੀ ਕਰਨੀ ਸੀ, ਹੋਰ ਕੋਈ ਕੰਮ ਕਰ ਲਵੇ? ਤੁਸੀਂ ਪਾਰਲੀਮੈਂਟ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਇਸ ਕਾਨੂੰਨ ਨੂੰ ਬਣਾਉਂਦਾ ਲਿਆ। ਹਾਂ ਬਿਲਕੁਲ ਬਿਲਕੁਲ, ਇਹਦੇ ਬਾਰੇ ਹੋਰ ਬਹੁਤ ਹੈ ਜੀ, ਮਤਲਬ ਹੋਰ ਕੁਝ ਕਰ ਲਵੇ ਬੰਦਾ ਤਾਂ ਮਹਾਰਾਜ ਦੀ ਬੇਅਦਬੀ ਕਰਨੀ ਹੈ ਉਹਨੇ। ਦੂਜਾ, ਭਾਈ ਅੰਮ੍ਰਿਤਪਾਲ ਸਿੰਘ ਹੁਣੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹੇ, ਪਰ ਇੱਕ ਵੱਡੀ ਲੀਡ ਦੇ ਨਾਲ ਮੈਨੂੰ ਲੱਗਦਾ ਹੈ ਕਿ ਇਕੱਠਾ ਮਾਹੌਲ ਬਣਿਆ ਇਹ, ਦੂਜੇ ਪਾਸੇ ਉਹ ਇੱਕ ਵੱਡੀ ਲੀਡ ਦੇ ਨਾਲ ਅੱਗੇ ਨੇ, ਤਾਂ ਕਿਵੇਂ ਦੇਖਦੇ ਹੋ ਉਹਨਾਂ ਦੇ ਨਾਲ ਤੁਹਾਡੀ ਕੋਈ ਗੱਲਬਾਤ, ਉਹਨਾਂ ਦੇ ਪਰਿਵਾਰ ਦੇ ਨਾਲ ਜਦੋਂ ਤੁਹਾਡੇ ਲਈ ਆਏ ਵੀ ਤਾਂ ਅੱਗੇ ਸਿਨੈਰੀਓ ਕੀ ਰਹਿਣ ਵਾਲਾ? ਹੁਣ ਵੀ ਮੇਰੇ ਨਾਲ ਉਹਨਾਂ ਦੇ ਪਰਿਵਾਰ ਦੀ ਡੇਲੀ ਗੱਲ ਹੁੰਦੀ ਹੈ, ਕੋਈ ਇਹਦੇ ਵਿੱਚ ਕੋਈ ਉਹ ਨਹੀਂ ਹੈ। ਅੱਜ ਵੀ ਗੱਲ ਹੋਈ ਹੈ, ਮੈਂ ਵੀ ਅੱਜ ਤਾਂ ਕਈ ਵਾਰੀ ਗੱਲ ਹੋ ਗਈ ਅਤੇ ਪੁੱਛਦੇ ਸੀ ਵੀ ਕਿੰਨੀ ਲੀਡ ਹੋਊਗੀ, ਕਿਵੇਂ ਹੈ, ਅਤੇ ਕਦੇ ਮੈਂ ਪੁੱਛ ਲਿਆ ਵੀ ਕਿਵੇਂ ਹੈ, ਕਿੰਨੀ ਲੀਡ ਹੋਊਗੀ। ਸਾਡਾ ਬਹੁਤ ਪਿਆਰ ਹੈ ਆਪਸ ਦੇ ਵਿੱਚ, ਅਸੀਂ ਇਕੱਠਿਆਂ ਨੇ ਹੀ ਚੋਣ ਪਲੈਨ ਕੀਤੀ ਸੀ ਲੜਨ ਵਾਸਤੇ। ਉਹਨਾਂ ਨੂੰ ਪਹਿਲਾਂ ਜਦੋਂ ਉਹਨਾਂ ਨੇ ਵਿਚਾਰ ਹਾਲੇ ਉਹਨਾਂ ਦੇ ਮਨ ਦੇ ਵਿੱਚ ਹੀ ਸੀ, ਮੈਂ ਹੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹ ਅੰਮ੍ਰਿਤਪਾਲ ਭਾਜੀ ਨੂੰ ਚੋਣ ਲੜਾਓ। ਅੱਛਾ, ਇਹ ਸਲਾਹ ਤੁਹਾਡੀ ਸੀ? ਮੇਰੀ ਸੀ ਜੀ, ਅਤੇ ਐਵੇਂ ਸਾਡਾ ਪਿਆਰ ਹੈ ਜੀ ਬਹੁਤ, ਕੋਈ ਇਹਦੇ ਵਿੱਚ ਉਹ ਗੱਲ ਨਹੀਂ ਹੈ, ਅਸੀਂ ਸਾਰਾ ਕੁਛ ਕਿਹਾ ਸੀ ਉਹਨਾਂ ਨੂੰ, ਤੇ ਹੁਣ ਵੀ ਅਸੀਂ ਜੋ ਕਰਾਂਗੇ ਅੱਗੇ ਵੀ ਸਾਰਾ ਕੁਛ ਇਕੱਠੇ ਹੀ ਕਰਾਂਗੇ। ਇੱਕ ਚੀਜ਼ ਹੋਰ, ਬੰਦੀ ਸਿੱਖਾਂ ਦਾ ਮਸਲਾ ਹੈ, ਦੂਜਾ ਕਿਸਾਨੀ ਦਾ ਮਸਲਾ ਹੈ, ਤੁਹਾਨੂੰ ਲੱਗਦਾ ਹੈ ਬੰਦੀ ਸਿੰਘਾਂ ਦਾ ਮਸਲਾ, ਕਿਸਾਨੀ ਦਾ ਮਸਲਾ, ਬੇਅਦਬੀ ਦਾ ਮਸਲਾ, ਇਹਨਾਂ ਸਾਰੇ ਮਸਲਿਆਂ ਨੂੰ ਹੁਣ ਕਿਤੇ ਨਾ ਕਿਤੇ ਇਨਸਾਫ਼ ਵਾਲੇ ਪਾਸੇ ਲਿਜਾਣ ਦੇ ਵਿੱਚ ਤੁਸੀਂ ਇੱਕ ਵੱਡੀ ਪੌੜੀ ਬਣ ਸਕੋਗੇ? ਉਹ ਤਾਂ ਹੈ ਹੀ ਹੈ ਜੀ, ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਂ ਹੋਰਾਂ ਵਾਂਗ ਨਹੀਂ ਹੈ, ਮੈਂ ਨਾ ਇਸ ਕੰਮ ਦੇ ਵਿੱਚ ਆਪਣੇ ਮੰਮੀ ਨੂੰ ਬਹੁਤ ਨੋਟਿਸ ਕੀਤਾ ਹੈ,
ਸਿਰਫ ਗੱਲ ਇਹ ਹੈ ਵੀ ਅਸੀਂ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲੇ ਗਏ, ਉਹ ਵੀ ਤਾਂ ਚਲੇ ਗਏ ਸੀ ਕਿਉਂਕਿ ਅਸੀਂ ਛੋਟੇ ਸੀ ਤੇ ਸਾਡੇ ਮਦਰ ਐਕਸਪਾਇਰ ਹੋ ਗਏ। ਜੇ ਸਾਡੇ ਮਦਰ ਹੋਰ 15 ਕੁ ਸਾਲ ਵੀ ਕੱਢ ਦਿੰਦੇ ਨਾ ਤਾਂ ਅਸੀਂ ਹਾਸ਼ੀਏ ਤੇ ਜਾਣਾ ਹੀ ਨਹੀਂ ਸੀ। ਬਾਕੀ ਇਹ ਹੈ ਵੀ ਅਸੀਂ ਉਹਨਾਂ ਤੋਂ ਸਿੱਖਿਆ ਹੈ ਬਈ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਇੰਨਾ ਮਾਣ ਇੱਜ਼ਤ ਪਿਆਰ ਸਤਿਕਾਰ ਦਿੱਤਾ ਹੈ, MP ਬਣਾਇਆ ਹੈ, ਤੁਹਾਡੇ ਪਾਵਰ ਦਿੱਤੀ ਹੈ, ਹਮੇਸ਼ਾ ਉਹਨਾਂ ਦੇ ਵਿੱਚ ਰਹੋ, ਹੈ ਨਾ ਜੀ। ਐਵੇਂ ਹੈ ਬਈ ਅਗਲੇ ਉਹਨਾਂ ਦੇ ਘਰੇ ਸੁੱਖ ਦੁੱਖ ਹੈ, ਤੁਹਾਨੂੰ ਇਨਵਾਈਟ ਕਰਦਾ, ਤੁਸੀਂ ਜਾਓ ਨਾ। ਇਹ ਸਾਰੀਆਂ ਗੱਲਾਂ ਫਿਰ ਬੁਰੀਆਂ ਹੁੰਦੀਆਂ। ਇਹਦੇ ਇੱਕ ਚੀਜ਼ ਹੋਰ, ਅਕਾਲੀ ਦਲ ਹੁਣ ਤੱਕ ਪੰਥਕ ਰਾਜਨੀਤੀ ਦੀ ਉਹਨਾਂ ਨੇ ਹਮੇਸ਼ਾ ਗੱਲ ਕੀਤੀ, ਪਰ ਇਸ ਵਾਰ ਪੰਥ ਦੋ ਪਾਸੇ ਦੇਖਿਆ ਗਿਆ, ਇੱਕ ਪਾਸੇ ਤੁਸੀਂ ਔਰ ਭਾਈ ਅੰਮ੍ਰਿਤਪਾਲ ਹੋਣੀ, ਔਰ ਦੂਜੇ ਪਾਸੇ ਅਕਾਲੀ ਦਲ ਕਹਿੰਦਾ ਸੀ ਕਿ ਅਸੀਂ ਪੰਥਕ ਹਾਂ। ਆਮਣੇ ਸਾਹਮਣੇ ਦੀ ਸਥਿਤੀ ਪੈਦਾ ਹੋ ਗਈ, ਆਮਣੇ ਸਾਹਮਣੇ ਹੋ ਗਏ, ਜਿਹੜੇ ਇਕੱਠੇ ਦੇਖੇ ਜਾਣੇ ਚਾਹੀਦੇ ਸੀ ਉਹ ਆਮਣੇ ਸਾਹਮਣੇ ਨਜ਼ਰ ਆਏ। ਦੂਜੇ ਪਾਸੇ ਸਿਮਰਜੀਤ ਸਿੰਘ ਮਾਣ ਹੋਣੀ ਵੀ ਤੁਹਾਡੇ ਫਰੀਦਕੋਟ ਦੇ ਵਿੱਚ ਤਾਂ ਸਾਹਮਣੇ ਨਜ਼ਰ ਆਏ, ਬੇਸ਼ੱਕ ਅੰਮ੍ਰਿਤਪਾਲ ਦੇ ਨਾਲ ਖੜੇ ਨਜ਼ਰ ਆਏ। ਐਸੀ ਸਥਿਤੀ ਕਿਉਂ ਪੈਦਾ ਹੋਈ ਤਾਂ ਕੀ ਲੱਗਦਾ ਹੈ ਕਿ ਜੇ ਐਸੀ ਸਥਿਤੀ ਪੈਦਾ ਹੁੰਦੀ ਰਹੇਗੀ ਕੀ ਇਹ ਵਖਰੇਵੇਂ ਦੂਰ ਕਰਨ ਦੀ ਕੋਸ਼ਿਸ਼ ਹੋਏਗੀ? ਨਹੀਂ, ਹੁਣ ਉਹਨਾਂ ਦੀ ਮਰਜ਼ੀ ਜੀ, ਅਸੀਂ ਤਾਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਕਿਉਂ ਆਪਣਾ ਕੈਂਡੀਡੇਟ ਖੜਾ ਕੀਤਾ। ਬਾਕੀ ਦੇਖੋ ਜੀ, ਮੈਨੂੰ ਇੰਨੀ ਗੱਲ ਪਤਾ ਹੈ ਬਈ ਜਿਹੜਾ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਅਰ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਦੇ ਖਿਲਾਫ ਅਗੇਂਸਟ ਕੋਈ ਕੰਮ ਕਰ ਸਕਦਾ ਇਲੈਕਸ਼ਨਸ ਦੇ ਵਿੱਚ, ਮੈਂ ਉਹਨੂੰ ਮੰਨ ਹੀ ਨਹੀਂ ਸਕਦਾ ਵੀ ਇਹ ਪੰਥਕ ਹੈ। ਲੋਕ ਤਾਂ ਜਿਹੜੇ ਪੰਥਕ ਹੈ ਰੋਂਦੇ ਆ, ਸਾਨੂੰ ਦੇਖ ਕੇ ਜਾਨ ਦੇਣ ਤੱਕ ਜਾਂਦੇ ਆ, ਕਹਿੰਦੇ ਬਾਈ ਜੀ ਹੁਕਮ ਕਰੋ ਤੁਸੀਂ। ਅਤੇ ਇਹ ਕਿਹੜੇ ਪੰਥਕ ਹੋਏ ਜਿਹੜੇ ਸਾਨੂੰ ਇੱਕ ਸੀਟ ਵੀ ਨਹੀਂ ਛੱਡ ਸਕਦੇ? ਇਹ ਮਤਲਬ ਕੋਈ ਇਹ ਨਾ ਪੋਲੀਟੀਕਲ ਲਾਈਨ, ਇਹਦੇ ਨਾਲ ਕੋਈ ਪੰਥਕ ਨਹੀਂ ਤੁਸੀਂ ਇਹਨੂੰ ਕੰਪੇਅਰ ਕਰ ਸਕਦੇ। ਇੱਕ ਚੀਜ਼ ਹੋਰ, ਇਸ ਚੋਣ ਨੂੰ ਜਦੋਂ ਨਤੀਜੇ ਵਾਲੇ ਆਉਣੇ ਸੀ ਉਦੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਇਹਨੂੰ 24 ਨਹੀਂ ਇਹਨੂੰ 27 ਦੀ ਰਾਜਨੀਤੀ ਦੇ ਤੌਰ ਤੇ ਦੇਖਿਆ ਜਾਵੇ। 27 ਦੇ ਵਿੱਚ ਨਤੀਜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਕਹਿੰਦੇ ਨੇ ਕਿ ਇੱਕ ਵੱਖਰੀ ਕਿਸਮ ਦੇ ਇਲੈਕਸ਼ਨ ਹੈ ਜਿਹੜੇ ਉਹ ਨਜ਼ਰ ਆ ਸਕਦੇ ਨੇ, ਤਾਂ ਕੀ 27 ਨੂੰ ਲੈ ਕੇ ਵੀ ਹੁਣ ਤੁਸੀਂ ਉਸ ਪਾਸੇ ਫੋਕਸ ਆ ਜਾਂ ਪਹਿਲਾਂ ਤੋਂ ਹੀ ਤੁਹਾਡੇ ਜ਼ਹਿਨ ਦੇ ਵਿੱਚ? ਅੱਜ ਹੀ ਉਹਨਾਂ ਦੇ ਫਾਦਰ ਸਾਹਿਬ ਨਾਲ ਮੇਰੀ ਚਾਚਾ ਜੀ ਨਾਲ ਗੱਲ ਹੋਈ ਸੀ। ਅਸੀਂ 27 ਤੋਂ ਪਹਿਲਾਂ ਜਿੰਨੀਆਂ 22 ਇਲੈਕਸ਼ਨਸ ਦੀ ਇਲੈਕਸ਼ਨ ਆਉਣਗੇ ਅਸੀਂ ਸਾਰੀਆਂ ਆਪਣੇ ਬੰਦੇ ਖੜੇ ਕਰਕੇ ਕੰਟੈਸਟ ਕਰਾਂਗੇ। ਅਤੇ ਅਸੀਂ ਮਤਲਬ ਹੁਣ ਮੇਨ ਫੋਕਸ ਇਲੈਕਸ਼ਨਸ ਤੋਂ ਬਾਅਦ ਫਿਰ ਸਾਡਾ ਹੁਣ ਹੈ ਮੇਨ SGPC ਅਤੇ 27। ਇਹ ਕੋਈ ਤੁਸੀਂ ਵੱਖਰੀ ਪਾਰਟੀ ਨਵੀਂ ਬਣਾਉਣ ਜਾ ਰਹੇ ਹੋ ਸਾਰਿਆਂ ਨਾਲ ਮਿਲ ਕੇ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ? ਇਹ ਹਲੇ ਕੁਛ ਨਹੀਂ ਜੀ, ਮੈਂ ਇਸ ਬਾਰੇ ਪਰਸਨਲੀ ਕੁਛ ਨਹੀਂ, ਮੈਂ ਇਕੱਲਾ ਨਹੀਂ ਕੁਛ ਵੀ ਕਹਿ ਸਕਦਾ। ਉਹ ਮਿਲਣਗੇ, ਅਸੀਂ ਬੈਠ ਕੇ ਵਿਚਾਰਾਂ ਕਰਾਂਗੇ ਵੀ ਆਪਾਂ ਕਿਵੇਂ ਕਰੀਏ, ਕਿਉਂਕਿ ਐਕਚੁਅਲੀ ਗੱਲ ਇਹ ਹੈ ਨਾ ਜੀ, ਇੰਨੀਆਂ ਇੰਨੀਆਂ ਵੱਡੀਆਂ ਪਾਰਟੀਆਂ ਜਿਨ੍ਹਾਂ ਨੇ ਕਰੋੜਾਂ ਰੁਪਈਆ ਲਾਤਾ ਸੀ, ਕੀ ਲਾਇਆ? ਮੇਰੇ ਤੋਂ ਤਾਂ ਕਿਸੇ ਨੇ ਤੇਲ ਲਈ ਵੀ ਨਹੀਂ, ਮੈਨੂੰ ਪੈਸੇ ਕਹੇ, ਮੈਂ ਕਿਸੇ ਦੀ ਗੱਡੀ 'ਚ ਤੇਲ ਨਹੀਂ ਪਵਾਇਆ, ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਬਾਈ ਜੀ ਸਾਨੂੰ ਰੋਟੀ ਖਵਾ ਦਿਓ, ਭੁੱਖ ਲੱਗੀ ਆ। ਜਿਹੜੇ ਸਵੇਰ ਤੋਂ ਸ਼ਾਮ ਤੱਕ ਦੁਪਹਿਰੇ ਚੱਲਦੇ ਸੀ ਮੇਰੇ ਨਾਲ ਮੋਟਰਸਾਈਕਲਾਂ ਦੇ, ਕਿਸੇ ਨੇ ਪਾਣੀ ਨੂੰ ਨਹੀਂ ਕਿਹਾ, ਮੇਰੇ ਤੋਂ ਕੁਛ ਨਹੀਂ ਮੰਗਿਆ। ਮੈਂ ਤਾਂ ਉਹੀ 5-4 ਲੱਖ 2-4 ਲੱਖ ਦੇ ਜਿਹੜੇ ਸੰਗਤ ਨੇ ਮੈਨੂੰ ਆਪਣੀ ਖੁਸ਼ੀ ਨਾਲ ਬਣਵਾ ਕੇ ਪੋਸਟਰ ਦੇਤੇ, ਮੈਂ ਤਾਂ ਕੁਛ ਵੀ ਨਹੀਂ ਕੀਤਾ। ਅੱਛਾ, ਕੇਂਦਰ ਦੇ ਵਿੱਚ ਜੇ ਮੰਨ ਲਓ ਸਮਰਥਨ ਦੀ ਲੋੜ ਪੈਂਦੀ ਆ, ਕਿਸੇ ਨਾਲ ਗੱਠਜੋੜ ਦੀ ਲੋੜ ਪੈਂਦੀ ਆ, ਕਿਉਂਕਿ ਬੇਸ਼ੱਕ BJP ਅਪਰ ਹੈਂਡ ਨਜ਼ਰ ਆਉਂਦੀ ਆ, ਤਾਂ ਐਸੇ ਦੇ ਵਿੱਚ ਤੁਹਾਡਾ ਕੀ ਫੈਸਲਾ ਰਹਿਣ ਵਾਲਾ, ਤੁਹਾਡਾ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ? ਸਾਡਾ ਜੀ ਫੈਸਲਾ, ਮੈਂ ਇਕੱਲੇ ਨਾ ਕੋਈ ਫੈਸਲਾ ਨਹੀਂ ਲੈਣਾ,
ਮੇਰੇ ਜਿਹੜੇ ਹਲਕੇ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਮੈਨੂੰ ਮਤਲਬ ਮੇਨ ਜਿਨ੍ਹਾਂ ਦੀਆਂ ਮੈਂ ਜ਼ਿੰਮੇਵਾਰੀਆਂ ਲਾਈਆਂ ਸੀ, ਆਪਾਂ ਸਾਰੇ ਬੈਠ ਕੇ ਮੀਟਿੰਗ ਕਰਾਂਗੇ ਵੀ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ। ਫਿਰ ਅਸੀਂ ਉਹਨਾਂ ਤੋਂ ਸਲਾਹ ਕਰਕੇ ਫਿਰ ਅਸੀਂ ਮਨ ਬਣਾਵਾਂਗੇ ਬਈ। ਦੇਖੋ ਗੱਲ ਇਹ ਆ ਜੀ, ਇਕੱਲਾ ਬੰਦਾ ਜੇ ਹੁਣ ਕਹੋ ਵੀ ਮੈਂ ਸ਼ਹੀਦ ਬੇਅੰਤ ਸਿੰਘ ਦਾ ਪੁੱਤ ਹੈ ਅਤੇ ਮੈਂ ਇਕੱਲਾ ਹੀ ਬਹੁਤ ਕੁਛ ਹੈ, ਮੈਂ ਇਕੱਲਾ ਕੁਛ ਨਹੀਂ ਕਰ ਸਕਦਾ। ਜੇ ਮੇਰੇ ਕੋਲ ਇੱਕ ਨਾਮ ਹੈ ਸਿਰਫ, ਉਸ ਜਿਹੜੇ ਮੇਰੇ ਫਰੀਦਕੋਟ ਹਲਕੇ ਦੇ ਲੋਕ ਹੈ ਉਹਨਾਂ ਦੇ ਮਨਾਂ 'ਚ ਉਸ ਨਾਮ ਦਾ ਸਤਿਕਾਰ ਹੈ, ਉਸ ਨਾਮ ਕਰਕੇ ਭੱਜੇ ਫਿਰੇ ਹੈ, ਸਾਰਾ ਕੁਛ ਕੀਤਾ, ਹੁਣ ਮਤਲਬ ਜਿਤਾਇਆ ਤਾਂ ਉਹਨਾਂ ਨੇ ਹੈ, ਅਤੇ ਫੈਸਲੇ ਮੈਂ ਇਕੱਲੇ ਕਿਵੇਂ ਲੈ ਸਕਦਾ ਜੀ। ਹੁਣ ਅਗਲਾ ਟਾਰਗੇਟ ਤੁਹਾਡਾ ਜਿਹੜੀ ਜ਼ਿਮਨੀ ਚੋਣ ਆਉਣ ਵਾਲੀ ਹੈ ਉਹ ਰਹੇਗਾ, ਜਿਹਦੇ ਵਿੱਚ ਤੁਸੀਂ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਿਹੜਾ ਪਰਿਵਾਰ ਜਾਂ ਉਹਨਾਂ ਦਾ ਧੜਾ, ਤੁਸੀਂ ਇਕੱਠੇ ਹੋ ਕੇ ਯਾਨੀ ਜ਼ਿਮਨੀ ਚੋਣਾਂ ਉਸ ਤੋਂ ਬਾਅਦ 27 ਅਸੀਂ ਜਿਵੇਂ ਕਿਸੇ ਲਈ ਇੱਕ ਵੀ ਸੀਟ ਨਹੀਂ ਛੱਡਣੀ, ਅਸੀਂ ਹਰੇਕ ਸੀਟ 'ਤੇ ਆਪਣਾ ਕੈਂਡੀਡੇਟ ਖੜਾ ਕਰਨਾ, ਇਕੱਲੀ ਇਕੱਲੀ ਸੀਟ 'ਤੇ। ਕੋਈ ਹੋਵੇ, ਕੋਈ ਆਪਣੇ ਆਪ ਨੂੰ ਪੰਥਕ ਕਹੇ, ਕੋਈ ਕੁਛ ਕਹੇ, ਮਤਲਬ ਦੇਖੋ ਮੈਂ ਸਮਝਦਾ ਵੀ ਜਿਨ੍ਹਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਰਿਵਾਰ ਨੂੰ ਸੀਟ ਨਹੀਂ ਛੱਡ ਸਕਦੇ, ਅਤੇ ਜੇ ਉਹ ਕਹਿਣ ਜੀ ਅਸੀਂ ਵੀ ਅਕਾਲੀ ਦਲ ਹੈ ਅਤੇ ਅਸੀਂ ਕਿਸੇ ਲਈ ਕੁਛ ਨਹੀਂ ਹੈ, ਹੁਣ ਅਸੀਂ ਕੌਮ ਨੂੰ, ਜੇ ਕੌਮ ਕਹੂਗੀ ਸਾਨੂੰ ਵੀ ਤੁਸੀਂ ਅੱਗੇ ਹੋ ਕੇ ਸਾਨੂੰ ਸੇਧ ਦਿਓ ਕੌਮ ਨੂੰ, ਅਤੇ ਮੈਂ ਅਤੇ ਅੰਮ੍ਰਿਤਪਾਲ ਅਸੀਂ ਕੋਈ ਇਹੋ ਜਿਹਾ ਮਿਸ਼ਨ, ਕੋਈ ਇਹੋ ਜਿਹਾ ਪ੍ਰੋਗਰਾਮ ਉਲੀਕਾਂਗੇ ਜਿਹਦੇ ਨਾਲ ਆਪਾਂ ਕੌਮ ਨੂੰ ਕੋਈ ਸੇਧ ਦੇ ਸਕੀਏ, ਨਸ਼ਿਆਂ 'ਚੋਂ ਬਾਹਰ ਕੱਢ ਸਕੀਏ। ਕਿਉਂਕਿ ਮੇਰਾ ਵੀ ਹੁਣ ਪਹਿਲਾ ਬਿਆਨ ਇਹੀ ਮੈਂ ਦੇਣਾ ਚਾਹੁੰਦਾ ਹੈ ਜਿੱਤਣ ਤੋਂ ਬਾਅਦ ਅਫੀਸ਼ਲੀ, ਕਿ ਮੇਰੇ ਹਲਕੇ ਦੇ ਵਿੱਚ ਜਿੰਨੇ ਵੀ ਮੁੰਡੇ ਮੇਰੇ ਨਾਲ ਤੁਰਨਾ ਚਾਹੁੰਦੇ ਆ ਮੈਨੂੰ ਜਿਤਾ ਕੇ, ਜਾਂ ਜਿਨ੍ਹਾਂ ਨੂੰ ਹਮਦਰਦੀ ਹੈ ਮੇਰੇ ਨਾਲ ਬਈ ਯਾਰ ਹਾਂ ਬਈ ਇਹ ਭਾਜੀ ਉਹਨਾਂ ਦੇ ਫੈਮਿਲੀ 'ਚੋਂ ਹੈ, ਅਸੀਂ ਇਹਨਾਂ ਦਾ ਕਹਿਣਾ ਮੰਨਣਾ ਹੈ, ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਹੂੰਗਾ ਵੀ ਕੇਸ ਦਾੜੀ ਪ੍ਰਕਾਸ਼ ਕਰਕੇ ਘੱਟੋ ਘੱਟ ਤੁਸੀਂ ਪੱਗ ਬੰਨੋ, ਦਮਾਲੇ ਸਜਾਓ, ਦਸਤਾਰ ਬੰਨੋ, ਮਤਲਬ ਮੋਨੇ ਨਹੀਂ ਰਹਿਣਾ, ਸਿਰੋਂ ਮੋਨੇ ਨਹੀਂ ਰਹਿਣਾ, ਦਾੜੀ ਨਹੀਂ ਕੱਟਣੀ। ਤਾਂ ਹੁਣ ਤੁਹਾਡਾ ਅਗਲਾ ਮਿਸ਼ਨ SGPC, ਅਗਲੀ ਜ਼ਿਮਨੀ ਚੋਣ ਤੇ ਉਸ ਤੋਂ ਬਾਅਦ ਅਗਲਾ ਟਾਰਗੇਟ 27 ਜ਼ਿਮਨੀ ਚੋਣ ਆ ਜਾਣੀ ਹੈ, SGPC ਤਾਂ ਬਾਅਦ 'ਚ ਆਊਗੀ, ਹਾਂ ਜ਼ਿਮਨੀ ਚੋਣ ਆ ਪਹਿਲਾਂ ਨਿਸ਼ਾਨਾ। ਤਾਂ ਚਲੋ ਜਿਹੜੇ ਲੋਕਾਂ ਨੇ ਤੁਹਾਨੂੰ ਜਾਂ ਅੰਮ੍ਰਿਤਪਾਲ ਹੋਰਾਂ ਨੂੰ ਇੱਕ ਵੱਡਾ ਸਮਰਥਨ ਦਿੱਤਾ, ਉਹਨਾਂ ਲੋਕਾਂ ਨੂੰ ਆਖਰੀ ਸੁਨੇਹਾ ਕੀ ਦੇਣਾ ਚਾਹੋਗੇ? ਮੈਂ ਤਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਭਾਅ ਜੀ, ਤੁਸੀਂ ਸੋਚ ਨਹੀਂ ਸਕਦੇ ਅਸੀਂ ਜਿਹੜੇ ਮੁੰਡੇ, ਮੈਂ 29 ਤਰੀਕ ਨੂੰ ਰੋਡ ਸ਼ੋਅ ਕੀਤਾ ਸੀ, ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਅਸੀਂ 5 ਵਜੇ ਰੋਡ ਸ਼ੋਅ ਖਤਮ ਕੀਤਾ, 4:30-5 ਵਜੇ, ਅਤੇ ਉਹ ਲੋਕ ਮੁੰਡੇ ਮੇਰੇ ਨਾਲ, ਫਿਰ ਅਸੀਂ 10 ਪਿੰਡ ਕੱਢਣੇ ਸੀ, ਉਹ ਮੁੰਡੇ 11 ਵਜੇ ਤੱਕ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਤੇ ਰੋਟੀ ਖਾਧੀ ਹੋਣੀ ਹੈ, ਉਵੇਂ ਮੋਟਰਸਾਈਕਲਾਂ 'ਤੇ ਉਵੇਂ ਫਿਰਦੇ ਰਹੇ ਭੁੱਖੇ ਭਾਣੇ, ਮੈਨੂੰ ਨਹੀਂ ਕਿਹਾ ਭਾਅ ਜੀ ਸਾਨੂੰ ਭੁੱਖ ਲੱਗੀ ਆ ਰੋਟੀ ਖਵਾ ਦਿਉ ਨਾ, ਉਹ ਕਹਿੰਦੇ ਭਾਅ ਜੀ ਅਸੀਂ ਮਰ ਜਾਵਾਂਗੇ ਤੁਹਾਡੇ ਲਈ, ਕਹਿੰਦੇ ਵੀ ਜੇ ਅਸੀਂ ਜਿੰਨੀ ਦੇਰ ਜਿਉਂਦੇ ਹਾਂ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ, ਵੀ ਸਾਡੇ ਮਰਿਆਂ ਦੇ ਉੱਪਰ ਵੀ ਟੱਪ ਕੇ ਆਊਗਾ, ਇੰਨਾ ਮੈਨੂੰ ਮਾਣ ਇੱਜ਼ਤ ਪਿਆਰ ਸਤਿਕਾਰ ਦਿੱਤਾ ਹੈ, ਮਤਲਬ ਨਾ ਚਲੋ ਹੁਣ ਤਾਂ ਆਪਾਂ ਜਿੱਤ ਗਏ, ਜੇ ਮੈਂ ਹਾਰ ਵੀ ਜਾਂਦਾ ਮੈਂ ਇਹਨਾਂ ਦਾ ਮਾਣ ਸਤਿਕਾਰ ਫਿਰ ਵੀ ਨਹੀਂ ਸੀ ਕਦੀ ਭੁੱਲ ਸਕਦਾ, ਬਹੁਤ ਇੱਜ਼ਤ ਦਿੱਤੀ ਆ ਭਾਅ ਜੀ, ਕਾਂਟ ਬਲੀਵ ਕਿ
ਇੰਨਾ ਪਿਆਰ ਵੀ ਕੌਮ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਨੂੰ ਮਾਣ ਇੱਜ਼ਤ ਦੇ ਸਕਦੀ ਹੈ? ਹੁਣ ਰਿਹਾਇਸ਼ ਫਿਰ ਇੱਥੇ ਫਰੀਦਕੋਟ ਵਿੱਚ ਕਰੋਗੇ? ਮੈਂ ਕਿਹਾ ਜੀ ਮੋਗੇ ਕਰੂੰਗਾ, ਮੋਗੇ ਮੈਂ ਆਪਣਾ ਚਾਹੇ 2 ਕਮਰੇ ਲੈ ਕੇ ਪਾਵਾਂ, ਮੈਂ ਕੋਠੀ ਤਾਂ ਨਹੀਂ ਪਾਉਣੀ, ਮਤਲਬ ਜਗ੍ਹਾ ਲੈ ਕੇ 3 ਕਮਰੇ ਪਾ ਕੇ ਲੋਕਾਂ ਨੂੰ ਕੁੰਡਾ ਖੜਕਾਉਣਾ ਸੌਖਾ ਹੋਵੇ। ਹਾਂ ਬਿਲਕੁਲ, ਐਵੇਂ ਮੈਨੂੰ ਨਾ ਕਹਿਣ ਜੀ ਉਹ ਜਿਤਾਇਆ ਸੀ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ ਹੈ, ਮੈਂ ਉਰੀ ਰਹੂੰਗਾ। 1 ਮੇਰਾ ਦਫ਼ਤਰ ਹੋਊਗਾ, 2 ਬੈਡਰੂਮ ਹੋਣਗੇ, 1 ਕੋਈ ਸੰਗਤ ਦੂਰੋਂ ਆਈ ਹੈ ਰਾਤ ਨੂੰ ਵੀ ਮੇਰੇ ਕੋਲ ਰਹਿ ਸਕੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। 1 ਮੇਰਾ ਕਮਰਾ, 1 ਡਰਾਇੰਗ ਰੂਮ ਹੋਊਗਾ, ਬਸ ਇੰਨਾ ਛੋਟੇ ਜਿਹੇ ਮੈਂ 4 ਕਮਰੇ ਪਾ ਕੇ ਅਤੇ ਕੌਮ ਦੀ ਸੇਵਾ ਕਰੂੰਗਾ।